ਮੈਕਲੋਡਗੰਜ ਘੁੰਮਣ ਗਏ ਪੰਜਾਬ ਦੇ ਇੱਕ ਨੌਜਵਾਨ ਦਾ ਕਤਲ ਕਰ ਦੇਣ ਦੀ ਦੁਖਦ ਘਟਨਾ ਸਾਹਮਣੇ ਆਈ ਹੈ। ਕਤਲ ਦੀ ਇਹ ਘਟਨਾ ਧਰਮਸ਼ਾਲਾ ਦੇ ਇੱਕ ਰੈਸਟੋਰੈਂਟ 'ਚ ਵਾਪਰੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਟਿੱਬੀ ਫਗਵਾੜਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪੁਲਿਸ ਵੱਲੋਂ ਇਸ ਕਤਲ ਦੇ ਮਾਮਲੇ ਵਿੱਚ ਦੁਕਾਨ ਦੇ ਮਾਲਕ ਅਤੇ ਉਸ ਦੇ ਬੇਟੇ ਸਮੇਤ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਉੱਥੋਂ ਦੀ ਵਸਨੀਕ ਇੱਕ ਮਹਿਲਾ ਨੇ ਦੱਸਿਆ ਕਿ ਜਿਸ ਸਮੇਂ ਉਹਨਾਂ ਨੇ ਦੇਖਿਆ ਤਾਂ ਉਸ ਸਮੇਂ 15 ਤੋਂ 20 ਵਿਅਕਤੀ ਉਸ ਨੌਜਵਾਨ ਨਾਲ ਮਾਰਕੁੱਟ ਕਰ ਰਹੇ ਸਨ। ਹੋਰ ਕੀ ਕਿਹਾ ਉਕਤ ਮਹਿਲਾ ਅਤੇ ਉਸ ਦੇ ਦੋਸਤ ਨੇ, ਤੁਸੀਂ ਖੁਦ ਹੀ ਸੁਣ ਲਵੋ। ਫੋਟੋ ਮਿਸਟੇਕ ਕਰਾਂ ਤਾਂ ਉੱਪਰ 'ਚ ਮੈਨੇ ਦੇਖਾ ਕੈਸੇ ਇੱਕ ਲੜਕੀ ਉਹ ਪੀਟ ਰਹੇ ਹੈ, 15-20 ਜਾਣੇ ਥੇ, ਵਿੱਚ ਮੈਂ ਟੈਕਸੀ ਵਾਲੇ ਵੀ ਥੇ ਔਰ ਜੀ ਹੋਟਲ ਵਾਲੇ ਵੀ ਥੇ। ਮੈਂ ਨੀਚੇ ਆਈ ਤਾਂ ਮੈਂ ਉਸਕੋ ਬਚਾਣੇ ਲੱਗੀ, ਉਸ ਤਬ ਤੱਕ ਉਹਨੇ ਇਸਕੋ ਮਾਰ ਕੇ ਨਾ ਨੀਚੇ ਗਿਰਾ ਦਿਆ ਥਾ। ਅਤੇ ਉਹ ਰੈਸਟੋਰੈਂਟ ਵਾਲੇ ਜਦੋਂ ਸਾਨੂੰ ਕਹਿੰਦੇ ਇੱਥੇ ਡਰਿੰਕ ਨਹੀਂ ਖਾਂਦੀ, ਅਸੀਂ ਨੋਰਮਲੀ ਗਏ ਸੀਗੇ, ਡਰਿੰਕ ਵਗੈਰਾ ਕੁਛ ਨਹੀਂ ਸੀਗੇ, ਅਸੀਂ ਕਿਹਾ ਠੀਕ ਹੈ ਜੀ ਉਹ ਨਹੀਂ ਕਰਦੇ ਨਾ। ਅਸੀਂ ਉੱਥੇ ਬੈਠ ਗਏ ਸੀਗੇ, ਚਲੋ ਕੋਈ ਖਾਣ ਨੂੰ ਜੋ ਕਿਹਾ ਔਡਰ ਕਰਕੇ ਦੇ ਦਿਓ ਸਾਨੂੰ, ਅਤੇ ਉਹ ਸਾਨੂੰ ਜਿਹੜਾ ਦਿੱਤਾ ਨਹੀਂ, ਅਸੀਂ ਫਿਰ ਨੂੰ ਪੁੱਛਿਆ ਬਾਈ ਕਰਤਾ ਔਡਰ, ਕਹਿੰਦਾ ਇੱਥੇ ਡਰਿੰਕ ਨਹੀਂ ਖਾਂਦੀ, ਅਸੀਂ ਕਿਹਾ ਕਰਦੇ ਵੀ ਨਹੀਂ ਫਿਰ ਡਰਿੰਕ ਵਗੈਰਾ। ਅਤੇ ਅਸੀਂ ਇਹਨੂੰ ਇੱਦਾਂ ਕਹਿ ਗਿਆ ਅਸੀਂ ਡਰਿੰਕ ਵਾਲੀ ਕਰਨ ਆਏ ਹਾਂ, ਤਾਂ ਅਸੀਂ ਖਾਣ ਆਏ ਹਾਂ, ਭੁੱਖ ਲੱਗੀ ਸਵੇਰੇ 10 ਵਜੇ ਦਾ ਟਾਈਮ ਆ, ਅਸੀਂ ਡਰਿੰਕ ਵਾਲੀ ਕਰਨੀ ਆ। ਉਹ ਕਹਿੰਦਾ ਨਿਕਲੋ ਬਾਹਰ, ਨਿਕਲੋ ਬਾਹਰ, ਅਸੀਂ ਕਿਹਾ ਠੀਕ ਆ, ਅਸੀਂ ਆਪਣਾ ਉੱਠ ਕੇ ਬਾਹਰ ਜਾ ਰਹੇ ਹਾਂ, ਅਸੀਂ ਕਿਹਾ ਚੱਲ ਇੱਥੇ ਖਾਣਾ ਨਹੀਂ ਆਈ, ਅਸੀਂ ਖਾਣਾ ਹੀ ਨਹੀਂ ਇੱਥੇ ਹੈਗਾ। ਉਹਨੇ ਫਿਰ ਮੇਰੇ ਬ੍ਰਦਰ ਨੂੰ ਕਿਸੇ ਧੱਕਾ ਮਾਰਿਆ, ਕਹਿੰਦਾ ਤੂੰ ਬੋਲਦਾ ਕਿੱਦਾਂ ਆ, ਅਸੀਂ ਨੋਰਮਲੀ ਉਹਨੂੰ ਕਿਹਾ ਅਸੀਂ ਖਾਣਾ ਨਹੀਂ ਇੱਥੇ, ਬੋਲਬੰਡ ਨਹੀਂ ਪਈ ਲੱਗਿਆ ਸੀ ਕਿ ਨਹੀਂ ਖਾਣਾ ਜੀ, ਅੱਗੇ ਜਾ ਰਹੇ ਸੀਗੇ ਅਤੇ ਉਹਨਾਂ ਨੇ ਜਦੋਂ ਧੱਕਾ ਮਾਰਿਆ ਅਸੀਂ ਪੁੱਛਿਆ ਕੀ ਵਾ ਤੁਹਾਨੂੰ ਧੱਕੇ ਕਾਹਤੇ ਮਾਰਦਾ, ਨਾਲੇ ਉੱਧਰੇ ਦੁਕਾਨਾਂ ਵਾਲੇ ਆਸੇ ਪਾਸੇ ਦੇ ਜਿੰਨੇ ਬੰਦੇ ਸੀਗੇ 15-20 ਬੰਦੇ ਸਾਰਿਆਂ ਨੇ ਟੁੱਟ ਕੇ ਉਹਨੂੰ ਕੁੱਟਣ ਮਾਰਨ ਲੱਗ ਪਏ ਸਾਰਿਆਂ ਨੇ, ਸਾਰਿਆਂ ਨੇ ਸਾਡੀ ਮਾਰੀਆਂ। ਉਹ ਸਾਡੀ ਬ੍ਰਦਰ ਜੋ ਜ਼ਿਆਦਾ ਵੱਡੀ ਉਹ ਲੈ ਕੇ ਗਏ ਹਸਪਤਾਲ ਕੋਲ, ਕਹਿੰਦੀ ਨਹੀਂ ਸਾਡੇ ਜੋ ਮਾਰ ਰਹੇ ਸਾਨੂੰ ਪਤਾ ਹੱਥ ਨਾਲ ਮਾਰ ਰਹੇ, ਅਸੀਂ ਜਿੱਦਾਂ ਪਿੱਛੇ ਆਪਣੇ ਬਚਾਅ ਕਰ ਰਹੇ ਸੀਗੇ ਉਹ ਸਾਡਾ ਬ੍ਰਦਰ ਪਿੱਛੇ ਛੋੜ ਸਾਡੇ ਨਾਲੋਂ, ਉਹਨਾਂ ਨੂੰ ਹੋਰ ਬੰਦੇ ਨੇ ਫੜਿਆ, ਇੱਕ ਬੰਦੇ 3-4 ਬੰਦੇ ਮਰਨ ਲੱਗੇ, ਤੁਹਾਨੂੰ ਨਹੀਂ ਪਤਾ ਲੱਗਾ ਕੀ ਉਹਨੂੰ ਸਾਨੂੰ ਜਦੋਂ ਅਸੀਂ ਸਾਨੂੰ ਛੱਡਿਆ ਹੈ ਨਾ, ਅਸੀਂ ਦੇਖਿਆ ਥੱਲੇ ਡਿੱਗਿਆ ਹੋਇਆ ਸੀਗਾ, ਅਤੇ ਅਸੀਂ ਵੀ ਉਹਨਾਂ ਨੂੰ ਚੁੱਕਿਆ ਗੱਡੀ 'ਚ, ਗੱਡੀ 'ਚ ਹਸਪਤਾਲ ਲੈ ਕੇ ਉੱਥੇ ਦੇਖਿਆ, ਕਹਿੰਦੇ ਨਹੀਂ ਮੂੰਹ ਕੁਛ ਮਾਰਿਆ ਪਾ ਨਹੀਂ, ਪਿੱਛੋਂ ਕੁਛ ਮਾਰਿਆ ਮੀਂਹ ਮਾਰਿਆ ਪਤਾ ਨਹੀਂ ਹੈਗਾ, ਉਹ ਮੂੰਹ ਭਰ ਡਿੱਗੇ ਹੋਏ ਸੀਗੇ ਅਸੀਂ, ਮੂੰਹ 'ਤੇ ਮਤਲਬ ਚੋਟ ਲੱਗੀ ਸੀ, ਮੂੰਹ 'ਤੇ ਨੱਕ ਨੱਕ 'ਚ ਖੂਨ ਪੜਿਆ ਸੀਗਾ, ਗੱਡੀ ਗਈ ਚੁੱਕਿਆ ਲੈ ਕੇ ਆਉਣ ਲੱਗੇ, ਅਸੀਂ 4 ਜਣੇ ਆਏ ਸੀ। ਅਸੀਂ ਇਹ ਚਾਹੁੰਦੇ ਸਾਨੂੰ ਇਨਸਾਫ ਮਿਲੇ, ਜਿਨ੍ਹਾਂ ਨੇ ਇੱਦਾਂ ਕੀਤਾ ਸਜ਼ਾ ਮਿਲੇ। ਉਕਤ ਘਟਨਾ ਵਾਪਰਨ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਘਰ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਅਤੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਨਵਦੀਪ ਸਿੰਘ ਦੇ ਰਿਸ਼ਤੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਸਮੇਤ 4 ਦੋਸਤ ਹਿਮਾਚਲ ਵਿੱਚ ਘੁੰਮਣ ਲਏ ਗਏ ਸਨ। ਉਹਨਾਂ ਕਿਹਾ ਕਿ ਜੋ ਮਾਮਲਾ ਸ਼ਰਾਬ ਪੀਣ ਦਾ ਦੱਸਿਆ ਜਾ ਰਿਹਾ ਹੈ ਉਹ ਸਰਾਸਰ ਝੂਠ ਹੈ, ਕਿਉਂਕਿ ਉਹਨਾਂ ਦਾ ਲੜਕਾ ਸ਼ਰਾਬ ਨੂੰ ਹੱਦ ਤੱਕ ਨਹੀਂ ਸੀ ਲਾਉਂਦਾ। ਉਹਨਾਂ ਹਿਮਾਚਲ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਹਨਾਂ ਹੋਰਨਾਂ ਲੋਕਾਂ ਨੂੰ ਵੀ ਹਿਮਾਚਲ ਨਾ ਜਾਣ ਦੀ ਅਪੀਲ ਕੀਤੀ। ਮੇਰਾ ਨਾਂ ਉਹਦਾ ਨਾਂ ਤਾਂ ਹੈਗਾ ਜੀ ਨਵਦੀਪ ਸਿੰਘ ਅਤੇ ਮੇਰੇ ਰਿਲੇਟਿਵ ਆ ਇਹ, ਠੀਕ ਆ ਜੀ। ਅਤੇ ਹਿਮਾਚਲ 'ਚ ਇਹ ਘੁੰਮਣ ਗਏ ਸੀਗੇ ਅਤੇ ਬੁੱਧਵਾਰ ਰਾਤ ਨੂੰ ਇਹ ਘੁੰਮਣ ਗਏ ਆ ਜੀ ਅਤੇ ਵੀਰਵਾਰ ਸਵੇਰੇ 10:30 ਵਜੇ ਘਟਨਾ ਵਾਪਰ ਗਈ ਆ ਅਤੇ ਸਾਨੂੰ ਮੈਸੇਜ ਸ਼ਾਮ ਨੂੰ ਪਹੁੰਚਦੇ ਪਏ ਆ ਇੱਥੇ ਅਤੇ ਵੀਡੀਓ ਲਿੰਕ ਵੀ ਅਸੀਂ ਦੇਖਦੇ ਪਏ ਹਾਂ ਜਿਹੜੇ ਹਿਮਾਚਲ ਵਾਲਿਆਂ ਨੇ ਸ਼ਰਾਬ ਦੀ ਗੱਲ ਕਰ ਰਹੇ ਆ ਵੀ ਉਹਨਾਂ ਨੇ ਸ਼ਰਾਬ ਪੀਣ ਆਏ ਸੀ। ਪਹਿਲੀ ਗੱਲ ਤਾਂ ਸਵੇਰੇ ਕੌਣ ਸ਼ਰਾਬ ਪੀਂਦਾ, ਠੀਕ ਆ ਜੀ। ਦੂਜੀ ਗੱਲ ਸਾਡਾ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ ਸੀ, ਬਾਕੀ ਪੀਣ ਦੀ ਤਾਂ ਬਹੁਤ ਦੂਰ ਦੀ ਗੱਲ ਆ। ਵੀ ਸਾਨੂੰ ਨਹੀਂ ਸਮਝ ਆ ਰਿਹਾ ਕੀ ਹੋਏ ਭਾਣਾ ਇਹ ਉੱਥੇ ਵਾਪਰਿਆ, ਕੀ ਹੋਇਆ, ਕੀ ਇਹਨਾਂ ਨੇ ਹਿਮਾਚਲ ਵਾਲਿਆਂ ਨੇ ਬਹੁਤ ਮਾੜੀ ਘਟਨਾ ਕੀਤੀ ਹੈ। ਪਤਾ ਲੱਗਾ ਉਦਾਂ ਵੀ ਕਿੱਦਾਂ ਕਿੱਦਾਂ ਹੋਈ ਹੈ ਗੱਲ ਦੱਸ ਰਹੇ ਕੁਛ? ਸਾਨੂੰ ਤਾਂ ਇਹੀ ਪਤਾ ਲੱਗ ਰਿਹਾ ਵੀ ਉਹ ਰੋਟੀ ਖਾਣ ਗਏ ਸੀ ਕਹਿੰਦੇ
ਕਿਉਂਕਿ ਉਹਨਾਂ ਦਾ ਜਦੋਂ ਰਾਤੀ ਫੋਨ ਗੱਲ 'ਤੇ ਹੋਈ ਆ, ਕਹਿੰਦੇ ਰੋਟੀ ਖਾਣ ਗਏ ਹਾਂ ਅਸੀਂ ਅਤੇ ਉਹਨਾਂ ਨੇ ਗੱਲ ਨਹੀਂ ਸੁਣੀ ਅਤੇ ਕਹਿੰਦੇ ਇੱਥੇ ਸ਼ਰਾਬ ਨਹੀਂ ਪੀਣੀ, ਕਹਿੰਦੇ ਅਸੀਂ ਸ਼ਰਾਬ ਪੀਣੀ ਆ ਇਹ, ਅਸੀਂ ਤਾਂ ਖਾਣ ਆਏ ਹਾਂ। ਅਤੇ ਫਿਰ ਪਤਾ ਨਹੀਂ ਉਹਨਾਂ ਦੀ ਕੀ ਆਪਸ 'ਚ ਬਹਿਸ ਹੋਈ ਆ ਅਤੇ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ। ਜਦੋਂ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਕਹਿ ਕੇ ਅਸੀਂ ਤੁਰਨ ਲੱਗੇ ਤਾਂ ਸਾਨੂੰ ਧੱਕੇ ਮਾਰਨ ਲੱਗ ਪਏ ਅਤੇ ਧੱਕਿਆਂ ਮਾਰਦੇ ਮਾਰਦੇ ਅਸੀਂ ਪੁੱਛਿਆ ਵੀ ਧੱਕੇ ਕੱਲ੍ਹ ਹੀ ਮਾਰਦੇ ਹਾਂ, ਬਸ ਉਦੋਂ ਬਾਅਦ ਉਹ ਹੱਥੋਂ ਪਾਈ ਅਤੇ ਉਤਰਿਆ ਤਾਂ ਸਾਡੇ ਮੁੰਡੇ 'ਤੇ ਕੁਛ ਮਾਰਿਆ। ਚੱਲ ਹਿਮਾਚਲ ਪ੍ਰਸ਼ਾਸਨ ਨੂੰ ਇਹੀ ਕਹਾਂਗੇ ਜੀ, ਸਾਨੂੰ ਪੂਰਾ ਇਨਸਾਫ ਦਿੱਤਾ ਜਾਵੇ ਵੀ ਜੇ ਇੱਦਾਂ ਦੀ ਘਟਨਾ ਮੁੜ ਕੇ ਕਿਸੇ ਨਾਲ ਨਾ ਵਾਪਰੇ, ਇਹ ਸਜ਼ਾ ਦਿਓ, ਸਜ਼ਾ ਇੱਦਾਂ ਦੀ ਦੇਣੀ ਚਾਹੀਦੀ ਉਹਨਾਂ ਨੂੰ ਜਿਹੜੇ ਬੰਦੇ ਇਹ ਇਨਵੋਲਵ ਸੀਗੇ ਵੀ ਮੁੜ ਕੇ ਇੱਦਾਂ ਦੀ ਉਹ ਜ਼ਰੂਰਤ ਨਾ ਕਰ ਸਕਣ। ਮੈਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਮੁੜ ਕੇ ਹਿਮਾਚਲ ਹੀ ਨਾ ਜਾਓ ਤੁਸੀਂ, ਹਿਮਾਚਲ ਸਿਰਫ ਪੰਜਾਬ ਦੇ ਸਿਰ 'ਤੇ ਆ ਜੀ ਇਹ, ਅਤੇ ਸਾਡੇ ਪੰਜਾਬ ਵਾਲਿਆਂ ਨੂੰ ਇੱਦਾਂ ਕਰਦੇ ਇਹ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਇਸ ਸਾਰੀ ਘਟਨਾ ਸੰਬੰਧੀ ਵਿਸਥਾਰਪੂਰਵਕ ਦੱਸਿਆ ਅਤੇ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ 6 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਦਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਵੇਰੇ ਲਗਭਗ 11:30 ਵਜੇ ਜੋ ਹੈ ਇਹ ਘਟਨਾ ਜੋ ਹੈ ਘਟਿਤ ਹੋਈ, ਔਰ ਇਸਮੇ ਜੋ ਅਭੀ ਤੱਕ ਸਾਹਮਣੇ ਆਇਆ ਉਹ ਇੱਕ ਲੋਕਲ ਜੋ ਢਾਬਾ ਹੈ ਵਹਾਂ ਪੇ ਖਾਣਾ ਖਾਣੇ ਯੇ ਪ੍ਰਟਕ ਲੋਕ ਆਏ ਥੇ, ਔਰ ਖਾਣਾ ਖਾਣੇ ਕੋ ਲੇ ਕੇ ਔਰ ਢਾਬੇ ਮੇਂ ਬੈਠਨੇ ਕੋ ਲੇ ਕੇ ਇਨਕੀ ਜੋ ਹੈ ਢਾਬਾ ਕੇ ਮਾਲਿਕ ਔਰ ਉਨਕੇ ਬੇਟੇ ਕੇ ਸਾਥ ਕਹਾ ਸੁਣੀ ਹੋਈ, ਔਰ ਇਸੀ ਕਾ ਯੇ ਕਹਾ ਸੁਣੀ ਆਗੇ ਆਗੇ ਬੜ ਕੇ ਜੋ ਹੈ ਇੱਕ ਉਨਕੇ ਬੀਚ ਮੇਂ ਲੜਾਈ ਹੋਈ, ਜਿਸਮੇ ਅੰਨੇ ਲੋਕ ਦੋਨੋਂ ਪਕਸ਼ ਸੇ ਜੋ ਅੰਨੇ ਅੰਨੇ ਬਾਕੀ ਲੋਕ ਹੈ ਉਹ ਵੀ ਸ਼ਾਮਿਲ ਹੋ ਗਏ, ਔਰ ਆਸ ਪਾਸ ਕੇ ਲੋਕ ਵੀ ਇੰਗੇਜ ਹੋਣੇ ਕੇ ਬਾਅਦ ਉਸੀ ਧੱਕਾ ਮੁੱਕੀ ਕਰਤੇ ਹੋਏ ਜੋ ਇੱਕ ਵਿਅਕਤੀ ਨਵਦੀਪ ਸਿੰਘ ਕਿਉਂਕਿ ਫਗਵਾੜਾ ਕੇ ਰਹਿਣੇ ਵਾਲੇ 33 ਈਅਰਸ ਇਹ ਜ਼ਮੀਨ ਪੇ ਫੇਸ ਡਾਊਨ ਗਿਰੇ, ਔਰ ਉਸੀ ਦੌਰਾਨ ਜੋ ਹੈ ਇਨਕੋ ਜਬ ਹੋਸਪਿਟਲ ਲਾਇਆ ਜਾ ਰਹਾ ਥਾ ਤੋ ਹੋਸਪਿਟਲ ਪਹੁੰਚਣੇ ਤੱਕ ਇਨਕੀ ਜੋ ਹੈ ਡੈਥ ਹੋ ਗਈ ਥੀ। ਤੋ ਇਸ ਮਾਮਲੇ ਮੇਂ ਅਭੀ ਤੱਕ ਲਗਭਗ 6 ਲੋਕ ਜੋ ਹੈ ਹਮਨੇ ਡਿਟੇਨ ਕੀਏ ਹੋਏ ਹੈ, ਔਰ ਜੋ ਪੂਰੇ ਘਟਨਾਕ੍ਰਮ ਹੈ ਉਸਮੇਂ ਕਿਸ ਵਿਅਕਤੀ ਕੀ ਕਿਸ ਤਰ੍ਹਾਂ ਸੇ ਸੰਲਿਪਤ ਹੈ ਉਸ ਪੇ ਪੁਲਿਸ ਕਾਮ ਕਰ ਰਹੀ ਹੈ, ਔਰ ਮੈਂ ਫਿਰ ਦਿਨ ਮੈਂ ਇਹ ਇਸ ਸੰਦਰਭ ਮੇਂ ਜੋ ਮਾਮਲਾ ਦਰਜ ਕੀਆ ਜਾ ਰਹਾ ਹੈ ਔਰ ਫਰਦਰ ਕਾਰਵਾਈ ਉਸਮੇਂ ਆਗੇ ਬੜੇ। ਦੇਖੀਏ ਜੋ ਵਹਾਂ ਪੇ ਜੋ ਆਏ ਵਿਟਨੈਸਿਸ ਹੈ ਉਨਕੇ ਹਿਸਾਬ ਸੇ ਵਿਅਕਤੀ ਜੋ ਹੈ ਵੋ ਇੱਕ ਗਰੁੱਪ ਮੇਂ ਦੋਨੋਂ ਪੱਖ ਸੇ ਲੜਾਈ ਜੋ ਹੈ ਇਸਮੇਂ ਹੋ ਰਹੀ ਥੀ, ਔਰ ਉਸੀ ਦੌਰਾਨ ਇੱਕ ਵਿਅਕਤੀ ਜੋ ਹੈ ਹਥਾਪਾਈ ਕੇ ਦੌਰਾਨ ਹੀ ਨੀਚੇ ਗਿਰਾ, ਔਰ ਬਾਕੀ ਲੋਕ ਜੋ ਹੈ ਉਹਨਾਂ ਜਬ ਉਸਕੀ ਤਰਫ ਧਿਆਨ ਦਿਆ ਤਾਂ ਉਹਨਾਂ ਨੇ ਦੇਖਾ ਕਿ ਉਹ ਜ਼ਮੀਨ ਪੇ ਹੀ ਮੂੰਹ ਕੇ ਵੱਲ ਗਿਰਾ ਹੋਇਆ, ਤੋ ਜਬ ਉਸਕੋ ਦੇਖਾ ਗਿਆ ਤਾਂ ਐਸਾ ਲੱਗ ਰਿਹਾ ਹੈ ਕਿ ਕੋਈ ਇੰਟਰਨਲ ਚੋਟ ਇਸਮੇਂ ਸ਼ਾਇਦ ਜੋ PM ਮੇਂ ਹਮੇਂ ਐਕਸਪੈਕਟਿਡ ਹੈ ਕਿਉਂਕਿ ਪੋਸਟਮਾਰਟਮ ਰਿਪੋਰਟ ਅਭੀ ਪੈਂਡਿੰਗ ਹੈ, ਤੋ ਇਸਕੇ ਇਲਾਵਾ ਕੋਈ ਔਰ ਅਨਿਆ ਕੋਈ ਹੈਵੀ ਇੰਜਰੀ ਫੈਟਲ ਇੰਜਰੀ ਤੋਂ ਪ੍ਰਾਈਮ ਅਪ ਸਾਹਿਬ ਬਾਡੀ ਪੇ ਨਹੀਂ ਹੈ, ਲੇਕਿਨ ਫਿਰ ਵੀ ਜੈਸੇ ਪੋਸਟਮਾਰਟਮ ਕੀ ਜੋ ਰਿਪੋਰਟ ਆ ਡਾਕਟਰ ਕੀ ਜੋ ਐਕਸਪਰਟ ਓਪੀਨੀਅਨ ਹੈ ਉਸਕਾ ਹਮੇਂ ਵੇਟ ਕਰਨਾ ਚਾਹੀਏ, ਔਰ ਮਾਰਪੀਟ ਔਰ ਕਿਸੀ ਝਗੜੇ ਕੇ ਦੌਰਾਨ ਹੀ ਇਹ ਡੈਥ ਕਾ ਮੈਟਰ ਸਾਹਮਣੇ ਆਇਆ।